ਮੇਰੇ ਨਾਲ ਨੇ ਕ੍ਰਾਈਮ ਰਿਪੋਰਟਰ ਰਿੰਕੂ ਰਾਜਾ ਜੀ। ਤੁਹਾਨੂੰ ਦੱਸ ਦਿੰਦੇ ਹਾਂ, ਡੇਰਾ ਬਾਬਾ ਨਾਨਕ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਿੰਡ ਹਰੂਵਾਲ ਦੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਵੀਡੀਓ ਵਾਇਰਲ ਕੀਤੀ ਸੀਗੀ ਕਿ ਸਾਡੇ ਪਿੰਡ ਤੱਕ ਕੋਈ ਵੀ ਸਹੂਲਤ ਨਹੀਂ ਪਹੁੰਚ ਰਹੀ, ਜਿੱਥੇ ਕਿ ਪ੍ਰਸ਼ਾਸਨ ਇਸ ਕੰਮ 'ਚ ਜੁੱਟਾ ਹੈ ਕਿ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਮੁਹੱਈਆ ਕਰਾ ਰਿਹਾ ਹੈ, ਜਿਵੇਂ ਕਿ ਦਵਾਈਆਂ, ਦੁੱਧ ਵਗੈਰਾ, ਰਾਸ਼ਨ ਵਗੈਰਾ ਦੇ ਰਿਹਾ ਹੈ। ਉੱਥੇ ਹੀ ਇਸ ਪਿੰਡ ਵਾਲਿਆਂ ਨੇ ਇੱਕ ਵੀਡੀਓ ਬਣਾ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਡੇ ਪਿੰਡ ਵਿੱਚ ਕੋਈ ਸਮਾਨ ਨਹੀਂ ਪਹੁੰਚਿਆ ਅਤੇ ਕਈ ਦਿਨਾਂ ਤੋਂ ਅਸੀਂ ਭੁੱਖੇ ਬੈਠੇ ਹਾਂ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਥਾਣਾ ਮੁਖੀ ਨੂੰ ਇਤਲਾਹ ਦਿੱਤੀ। ਜਿੱਦਾਂ ਹੀ ਥਾਣਾ ਮੁਖੀ ਰਾਸ਼ਨ ਲੈ ਕੇ ਪਿੰਡ ਹਰੂਵਾਲ ਪਹੁੰਚਿਆ ਤਾਂ ਉਹਨਾਂ ਉਹ ਕੀ ਦੇਖਦੇ ਹਨ ਕਿ ਲੋਕਾਂ ਦੇ ਘਰਾਂ ਵਿੱਚ ਪਹਿਲਾਂ ਤੋਂ ਹੀ ਰਾਸ਼ਨ ਮੌਜੂਦ ਹੈ, ਯਾਨੀ ਕਿ ਗੈਸ ਦੇ ਸਿਲੰਡਰ ਵੀ ਮੌਜੂਦ ਸਨ। ਉਹਨਾਂ ਨੇ ਇੱਕ ਝੂਠੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ। ਇਹ ਗੱਲ ਸਾਰੀ ਤਫਤੀਸ਼ ਕਰਦੇ ਹੋਏ ਥਾਣਾ ਮੁਖੀ ਨੇ ਪਤਾ ਲਗਾਇਆ ਕਿ ਨਰਿੰਦਰ ਸਿੰਘ ਔਰ ਭੁਪਿੰਦਰ ਸਿੰਘ ਨਾਂ ਦੇ ਦੋ ਆਦਮੀਆਂ ਨੇ ਇਹ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ। ਥਾਣਾ ਮੁਖੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ 'ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਨਾ ਕਰਨ ਤਾਂ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਤੱਕ ਸਮਾਨ ਪਹੁੰਚ ਸਕੇ। ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਲੋਕਾਂ ਅੱਗੇ ਅਪੀਲ ਕਰਦੇ ਹਾਂ ਕਿ ਕੋਰੋਨਾ ਨਾਂ ਦੀ ਮਹਾਂਮਾਰੀ ਨਾਲ ਲੜਨ ਵਿੱਚ ਪ੍ਰਸ਼ਾਸਨ ਦੀ, ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਮਦਦ ਕਰੋ। ਇਹੋ ਜਿਹੀਆਂ ਝੂਠੀਆਂ ਅਫਵਾਹਾਂ ਨਾ ਫੈਲਾਓ ਤਾਂ ਕਿ ਕੋਈ ਪਰਿਵਾਰ ਭੁੱਖਾ ਨਾ ਰਹਿ ਸਕੇ। ਦੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਤੁਹਾਡੇ ਘਰ ਹੈਗਾ ਜੀਰੀਆ ਨੂੰ ਕਰਾ ਹਾਂਜੀ ਆਟਾ ਹੈਗਾ ਤੁਹਾਡੇ ਘਰ ਹਾਂਜੀ ਆਟਾ ਥੋੜਾ ਹੋਊਗਾ ਆਟਾ ਹੈਗਾ ਨਾ ਹਾਂਜੀ ਹਾਂਜੀ ਹੈਗਾ ਨਾ ਹਾਂਜੀ ਸੰਡਰ ਹੈਗਾ ਤੁਹਾਡੇ ਘਰ ਅੱਛਾ ਹਾਂਜੀ ਲਾ ਲਾ ਬਣ ਲਿਆ ਨਾ ਸੰਡਰ ਅੱਜ ਬਣ ਜਾ ਇੱਥੇ ਕਰ ਖੰਡ ਪੱਤੀ ਵੀ ਪਈ ਹੈ ਸਾਰਾ ਕਿਤੇ ਹੈਗਾ ਆ ਖੰਡ ਪੱਤੀ ਦੇਖੋ ਇਹਨਾਂ ਦੀ ਹੈਗੀ ਆ ਆ ਵੇਖੋ ਪਿਆ ਸਾਰਾ ਦੇ ਦਾਣਾ ਤੱਕ ਪਈਆਂ ਹੈ ਹੈ ਆ ਦੇਖੋ ਫਿਰ ਆ ਦੇਖੋ ਜੀ ਸੌਦਾ ਹੈਗਾ ਤੁਹਾਡੇ ਘਰ ਆ ਪਿਆ ਹੈ ਲਾਇਆ ਨਾ ਆ ਤਿੰਨ ਸੈਂਟਰ ਤੁਹਾਡੇ ਘਰ ਪਏ ਆ ਨਾ ਠੀਕ ਹੈ ਨਾ ਫਿਰ ਤੁਸੀਂ ਗਲਤ ਫੋਨ ਕਿਉਂ ਬੁਲਾ ਰਹੇ ਹੋ ਕਿਉਂ ਗਲਤ ਫੋਨ ਬੁਲਾ ਰਹੇ ਹੋ ਲੋਕਾਂ ਨੂੰ ਇਕੱਠਿਆਂ ਕਰ ਰਹੇ ਹੋ ਤੁਸੀਂ ਅਸੀਂ ਤਾਂ ਕਹਿ ਰਹੇ ਹਾਂ ਸਰਕਾਰ ਕਹਿ ਰਹੀ ਆ ਦੇਖੋ ਜੀ ਸਰਕਾਰ ਕਹਿ ਰਹੀ ਆ ਕਿ ਤੁਸੀਂ ਇਕੱਠੇ ਨਾ ਹੋ ਆਪਣਾ ਫਾਸਲਾ ਬਣਾ ਕੇ ਰੱਖੋ ਤੁਸੀਂ ਪਿੰਡ 'ਚ ਇਕੱਠ ਕਰਕੇ ਤੇ ਤੁਸੀਂ ਵੀਡੀਓ ਪਾਤੀ ਆ ਕਿ ਸਾਡੇ ਕੁਛ ਨਹੀਂ ਹੈਗਾ ਘਰ ਦੇ ਤੁਹਾਡਾ ਦੇਖੋ ਜੀ ਆਹ ਮਸ਼ੀਨ ਦੇਖੋ ਇਹਨਾਂ ਦੀ ਤੁਹਾਡੀ ਕਿਹੜੀ ਗਰੀਬੀ ਰੇਖਾ ਚਾਹੁੰਦੇ ਤੁਸੀਂ ਦੱਸੋ ਹੈ ਕਿਹੜੀ ਗਰੀਬੀ ਰੇਖਾ ਤੁਸੀਂ ਆਉਂਦੇ ਹੋ ਦੱਸੋ ਬਣਾਓ ਜੀ ਇੱਧਰ ਹੈ ਹਰ ਚੀਜ਼ ਤੁਹਾਡੇ ਘਰ ਅਵੇਲੇਬਲ ਹੈ ਕਿਉਂ ਗੁੰਮਰਾਹ ਕਰ ਰਹੇ ਹੋ ਤੁਸੀਂ ਸਰਕਾਰ ਨੂੰ ਹੈ ਕਿਉਂ ਕਰਦੇ ਹੋ ਜੀ ਇੱਦਾਂ ਤੁਸੀਂ ਪੁਲਿਸ ਮਹਿਕਮਾ ਪੱਪਾ ਭਾਰ ਹੋਇਆ ਪਿਆ ਸਿਵਲ ਪ੍ਰਸ਼ਾਸਨ ਸਾਡੇ ਨਾਲ ਪੱਪਾ ਭਾਰ ਹੋਇਆ ਪਿਆ ਡੀਸੀ ਸਾਹਿਬ ਦਾ ਉੱਥੋਂ ਫੋਨ ਆਇਆ ਐਸਡੀਐਮ ਸਾਹਿਬ ਦਾ ਫੋਨ ਆਇਆ ਸਾਡੇ ਅਫਸਰਾਂ ਦਾ ਫੋਨ ਆ ਵੀ ਜਾ ਕੇ ਪਤਾ ਲਓ ਕੀ ਗੱਲ ਆ ਪਰ ਤੁਸੀਂ ਕਿਉਂ ਝੂਠ ਬੋਲਦੇ ਹੋ ਨਾ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਜਿਹੜੀ ਬਣਦੀ ਹੈ ਹਾਂ ਲਿਆਓ ਜੀ ਇੱਧਰ ਭਰਾਓ ਦੇਖੋ ਆਓ ਜੀ ਇੱਧਰ ਆ ਦੇਖੋ ਜੀ ਆ ਦੇਖੋ ਆਂਦੇ ਅਫਵਾਹ ਨਹੀਂ ਫਲਾਉਣੇ ਕੀ ਕਰਨੇ ਤੁਸੀਂ ਜੀ ਦੇਖੋ ਜੇ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਤਾਂ ਸਾਡਾ ਕੀ ਸਹਿਯੋਗ ਕਰ ਰਹੇ ਹੋ ਤੁਸੀਂ ਲੈ ਬਾਹਰ ਕੱਢੋ ਲੈ ਕੱਢੋ ਬਾਹਰ ਆ ਲਿਆਓ ਬਾਹਰ ਜੀ ਆ ਟਮਾਟਰ ਦੇਖੋ ਜੀ
ਹੋ ਗਿਆ ਸਾਨੂੰ ਘਰਾਂ 'ਚ ਵਿੱਚ ਭੁੱਖੇ ਭਣੇ ਬੈਠੇ ਹਾਂ, ਕੋਈ ਕੰਮ ਕਾਰ ਨਹੀਂ, ਕੋਈ ਦਿਹਾੜੀਦਾਰ ਨਹੀਂ। ਠੀਕ ਹੈ ਜੀ, ਅਸੀਂ ਰੋਜ਼ ਕਮਾਉਣ ਵਾਲੇ ਅਤੇ ਰੋਜ਼ ਖਾਣ ਵਾਲੇ ਹਾਂ। ਸਾਡੇ ਤੱਕ ਕੋਈ ਸਹਾਇਤਾ ਅਜੇ ਤੱਕ ਨਾ ਸਰਕਾਰ ਵੱਲੋਂ ਅਤੇ ਨਾ ਕਿਸੇ ਪਿੰਡ ਵਾਲਿਆਂ ਨੂੰ ਕੋਈ ਸਹਾਇਤਾ ਨਹੀਂ ਮਿਲੀ ਅਜੇ ਤੱਕ। ਸਰਕਾਰ ਦਾਅਵੇ ਕਰਨ ਦੀ ਹੈ, ਟੀਵੀ 'ਚ ਦਿਖਾਈ ਜਾਣ ਦੀ, ਅਸੀਂ ਉਹ ਪਹੁੰਚਾਤਾ ਜੇ ਪਹੁੰਚਾਤਾ, ਕੱਖ ਨਹੀਂ ਪਹੁੰਚਾ ਅਜੇ ਤੱਕ ਜੀ। ਸਭ ਝੂਠ, ਬੱਚਿਆਂ ਵੱਲ ਵੇਖੋ, ਬੱਚੇ ਭੁੱਖੇ ਭਾਣੇ ਬੈਠੇ ਆ ਥੱਲੇ, ਬੁਰਾ ਹਾਲ ਹੈ ਜੀ ਇਹਨਾਂ ਦਾ। ਦੁਕਾਨਾਂ ਬੰਦ ਆ, ਕੋਈ ਹਾਲ ਨਹੀਂ ਆ, ਕੋਈ ਦਵਾਈ ਦੀ ਨਹੀਂ ਵਿਵਸਥਾ ਹੈਗੀ, ਕੋਈ ਸਬਜ਼ੀ ਦੀ ਨਹੀਂ, ਕੋਈ ਮਤਲਬ ਸਹਾਇਤਾ ਹੀ ਨਹੀਂ ਜੀ ਹੈਗੀ। ਟੀ ਵੀ 'ਤੇ ਆਉਂਦੇ ਵਾਰ ਵਾਰ ਕਹਿਣ ਦੇ, ਮਤਲਬ ਕਹੀ ਜਾਣ ਡੇ ਬਈ ਬਹੁਤ ਕੁਝ ਦੇ ਦਿੱਤਾ, ਜੇ ਦੇ ਦਿੱਤਾ, ਉਹ ਦੇ ਦਿੱਤਾ, ਕੱਖ ਨਹੀਂ ਮਿਲਿਆ ਅਜੇ ਤੱਕ। ਹੱਥ ਜੋੜ ਕੇ ਬੇਨਤੀ ਸਰਕਾਰ ਨੂੰ ਕਿ ਇੱਥੇ ਚੁੱਪ ਕਰਾਓ। ਹੱਥ ਜੋੜ ਕੇ ਬੇਨਤੀ ਹੈ ਸਰਕਾਰ ਗਾ ਜੀ, ਔਰ ਗੁਰਦੁਆਰਾ ਸਾਹਿਬ ਗਾ ਵੀ, ਬਈ ਸਾਡੇ ਤੱਕ ਚੀਜ਼ਾਂ ਪਹੁੰਚਾਈਆਂ ਜਾਣ, ਰਾਸ਼ਨ ਪਹੁੰਚਾਇਆ ਜਾਏ ਪਿੰਡ ਹਰੂਆਲ ਵੱਲੋਂ। ਇਹ ਬੇਨਤੀ ਆ ਜੀ ਸਾਰੇ ਨਗਰ ਵੱਲੋਂ। ਮੈਂ ਸਰਦਾਰ ਨਰਿੰਦਰ ਸਿੰਘ, ਸਾਨੂੰ ਸਰਦਾਰ ਪ੍ਰੀਤਮ ਸਿੰਘ ਜੀ, ਮਹਿਰਾ ਪਰਿਵਾਰ, ਸਾਰੇ ਅਸੀਂ ਮਹਿਰਾ ਬਰਾਦਰੀ ਇਕੱਠੀ ਹੋਏ ਹਾਂ। ਅਸੀਂ ਸਾਰੇ ਦਿਨ ਮਜ਼ਦੂਰੀ ਕਰੀਏ ਅਤੇ ਫਿਰ ਰਾਤ ਨੂੰ ਆ ਕੇ ਅਤੇ ਰੋਟੀ ਪਾਣੀ ਖਾਈਦਾ ਹੈ, ਪਰ 10 ਦਿਨ ਹੋ ਗਏ ਹਨ, ਨਾ ਕੋਈ ਸਾਡੇ ਕੋਈ ਮਜ਼ਦੂਰੀ ਮਿਲ ਰਹੀ ਆ, ਨਾ ਕੋਈ ਸਾਨੂੰ ਕੋਈ ਰਾਸ਼ਨ ਪਾਣੀ ਮਿਲ ਰਿਹਾ। ਜੋ ਵੀ ਸਾਡੇ ਕੋਲ ਰਾਸ਼ਨ ਪਾਣੀ ਸੀ ਉਹ ਸਾਰਾ ਖਤਮ ਹੋ ਚੁੱਕਾ ਹੈ, ਅਤੇ ਬੱਚੇ ਸਾਡੇ ਭੁੱਖ ਦੇ ਨਾਲ ਵਿਲਕ ਰਹੇ, ਨਾ ਕਿਸੇ ਬੱਚੇ ਨੂੰ ਦੁੱਧ ਮਿਲ ਰਿਹਾ, ਨਾ ਕਿਸੇ ਨੂੰ ਰੋਟੀ ਮਿਲ ਰਹੀ ਹੈ। ਇਹ ਕਰਕੇ ਸਰਕਾਰ ਅੱਗੇ ਬੇਨਤੀ ਹੈ ਵੀ ਸਾਨੂੰ ਇੱਥੇ ਰਾਸ਼ਨ ਕੋਈ ਪਹੁੰਚਾਇਆ ਜਾਵੇ, ਕੋਈ ਡਾਕਟਰੀ ਸਹਾਇਤਾ ਦਿੱਤੀ ਜਾਵੇ, ਸਾਡੇ ਬੱਚੇ ਬਿਮਾਰ ਹਨ। ਫਿਰ ਇਹ ਅਸੀਂ ਰੋਜ਼ ਸੁਣ ਰਹੇ ਹਾਂ ਟੀ ਵੀ ਦੇ ਵਿੱਚ ਵੀ ਅਸੀਂ 10 ਕਿਲੋ ਆਟਾ ਪਹੁੰਚਾਵਾਂਗੇ, 2 ਕਿਲੋ ਖੰਡ ਪਹੁੰਚਾਵਾਂਗੇ, ਘਿਓ ਪਹੁੰਚਾਵਾਂਗੇ, ਪਰ ਸਾਡੇ ਤੱਕ ਅਜੇ ਕੋਈ ਵੀ ਨਹੀਂ ਪਹੁੰਚਾ, ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ, ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ, ਅਤੇ ਨਾ ਹੀ ਪਿੰਡ ਵੱਲੋਂ। ਇਹ ਹੱਥ ਜੋੜ ਕੇ ਬੇਨਤੀ ਹੈ ਸਾਡੇ ਬੱਚਿਆਂ ਦੀ ਸਾਰ ਲਈ ਜਾਵੇ ਅਤੇ ਸਾਡੀ ਸਾਰ ਲਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਾ ਜੀ ਵੀਡੀਓ ਵਾਇਰਲ ਹੋਈ ਸੀ ਹਰੂਆਲ ਤੋਂ ਜੀ, 2 ਜਣੇ ਸੀ ਨਰਿੰਦਰ ਅਤੇ ਭੁਪਿੰਦਰ ਜੀ, ਉਹਨਾਂ ਦੇ ਨਾਲ ਕਾਫੀ ਲੇਡੀਜ਼ ਸੀਗੀਆਂ। ਉਹਨਾਂ ਨੇ ਵੀਡੀਓ ਵਾਇਰਲ ਕੀਤੀ ਵੀ ਸਰਕਾਰ ਅਤੇ ਪ੍ਰਸ਼ਾਸਨ ਸਾਨੂੰ ਪੁੱਛ ਨਹੀਂ ਰਿਹਾ, ਸਾਡੇ ਘਰ ਕੋਈ ਰਾਸ਼ਨ ਨਹੀਂ ਹੈਗਾ ਖਾਣ ਨੂੰ ਜੀ। ਤੋ ਇਮੀਜੀਏਟਲੀ ਮੈਂ SDM ਸਾਹਿਬ ਨਾਲ ਗੱਲ ਕੀਤੀ, ਇੱਕ ਪਟਵਾਰੀ ਨੂੰ ਡਿਪਿਊਟ ਕੀਤਾ, ਨਾਲ ਮੈਂ ਆਪਣੇ ਮੁੱਖ ਅਫਸਰ SHO ਥਾਣਾ ਡੇਰਾ ਬਾਬਾ ਨਾਨਕ ਗਿਆ ਵੀ ਇਮੀਜੀਏਟਲੀ ਉੱਥੇ 5-7 ਕਿੱਟਾਂ ਲਓ ਖਾਣੇ ਦੀਆਂ, ਰਾਸ਼ਨ ਦੀਆਂ, ਅਤੇ ਉਹਨਾਂ ਦੇ ਘਰ ਲੈ ਕੇ ਚਲੋ ਜਿਨ੍ਹਾਂ ਦੇ ਘਰ ਰਾਸ਼ਨ ਨਹੀਂ ਹੈਗਾ। ਲੇਕਿਨ ਉਹ ਜਦੋਂ ਜਾ ਕੇ ਚੈੱਕ ਕੀਤਾ, ਇੱਕ ਦੇ ਘਰ 4 ਸਿਲੰਡਰ, ਇੱਕ ਦੇ ਘਰ 2 ਸਿਲੰਡਰ, ਅਤੇ ਕਿਚਨ ਚੈੱਕ ਕੀਤੀ, ਉਹਦੀ ਵੀ ਅਸੀਂ ਮੂਵੀ ਬਣਾਈ ਹੈ। ਟੋਟਲੀ ਸਮਾਨ ਉਹਨਾਂ ਦੇ ਘੱਟੋ, ਇੱਕ ਦੇ ਘਰ 25-30 ਕਿਲੋ ਆਲੂ, 10 ਕਿਲੋ ਤੋਂ ਵੱਧ ਪਿਆਜ਼ ਹੋਣੇ ਆ, ਸਾਰੇ ਆਟੇ ਦੇ ਡਰੰਮ ਭਰੇ ਪਏ। ਲੇਕਿਨ ਅਸੀਂ ਉਹ ਜਦੋਂ ਚੈੱਕ ਕੀਤੀ ਉਹਦੀ ਵਾਇਰਲ, ਉਹਨੂੰ ਪੁੱਛਿਆ ਵੀ ਇਹ ਵੀਡੀਓ ਕਿਉਂ ਵਾਇਰਲ ਕੀਤੀ, ਨਹੀਂ ਜੀ ਅਸੀਂ ਗਲਤੀ ਕਰ ਲਈ ਹੈ। ਤੋ ਇਸ ਤਰ੍ਹਾਂ ਦੀ ਉਹਨੂੰ ਨਹੀਂ ਸੀ ਕਰਨਾ ਚਾਹੀਦਾ, ਉਹਦੇ ਖਿਲਾਫ਼ ਜਿਹੜੀ ਕਾਨੂੰਨ ਦੀ ਕਾਰਵਾਈ ਅਮਲ 'ਚ ਲਿਆ ਰਹੇ ਹਾਂ ਵੀ ਉਹਨੇ ਇੱਕ ਇਕੱਠ ਕੀਤਾ ਪਿੰਡ 'ਚ, ਇਹਨਾਂ ਵਾਇਰਸ ਦੇ ਹੁੰਦਿਆਂ ਵੀ ਕਰਫਿਊ ਲੱਗਿਆਂ ਦੇ ਹੁੰਦਿਆਂ ਵੀ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨੀ ਆ। ਅਤੇ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਇਹੋ ਜਿਹਾ? ਅਪੀਲ ਇਹੀ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਕੋਈ ਜਾਇਜ਼ ਆਪਣੇ ਆਪ ਨੂੰ ਸਮਝਦਾ ਕਿ ਮੇਰੇ ਘਰ ਰਾਸ਼ਨ ਨਹੀਂ ਹੈਗਾ, ਉਹ ਹੈਲਪਲਾਈਨ ਨੰਬਰ ਰਿਹਾ, ਸਾਡੇ ਵਾਲਾ ਵੀ ਨੰਬਰ ਚੱਲ ਰਿਹਾ, SDM ਸਾਹਿਬ ਦਾ, DC ਸਾਹਿਬ ਦਾ ਵੀ, ਉਹਦੇ 'ਤੇ ਕਾਲ ਕਰ ਸਕਦਾ, ਅਸੀਂ ਉਸੇ ਵੇਲੇ ਉਹਨਾਂ ਨੂੰ ਕਿੱਟ ਮੁਹੱਈਆ ਕਰਾਵਾਂਗੇ, ਜੇ ਕਿਸੇ ਦਾ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ। ਲੇਕਿਨ ਝੂਠ ਵੀਡੀਓ ਨੂੰ ਪਾ ਦੇਣਾ,
ਉਹਦੇ ਵਾਸਤੇ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਅਤੇ ਹੁਕਮ ਇਹਨਾਂ ਨੂੰ ਕਰਦੇ ਹਾਂ ਵੀ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ ਜਿਹਦੀ ਵੀ ਵੀਡੀਓ ਜਿਹੜੀ ਆ ਗਲਤ ਸਾਬਤ ਹੋਈ। ਕਿਹੜੀ ਧਾਰਾ ਲਾਈ ਹੈ ਇਹਨਾਂ ਨੇ? ਇਹਨਾਂ 188 IPC ਦਾ ਪਰਚਾ ਦਿੱਤਾ। ਇੰਡੀਆ ਕ੍ਰਾਈਮ ਨਿਊਜ਼, ਜੁਰਮ ਕੇ ਖਿਲਾਫ਼।